ਜੀ, ਅੱਜ ਅਹਿਮ ਹੈ ਕਿਉਂਕਿ ਸੁਪਰੀਮ ਕੋਰਟ 'ਚ ਵੀ ਜਿਹੜਾ ਸਟੇਟ ਹਰਿਆਣਾ ਨੇ ਕਿਹਾ, ਅੱਜ ਪੂਰੀ ਜਿਹੜੀ ਹੈਗੀ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਜੀ? ਜਿਵੇਂ ਕਿ ਅਸੀਂ 10 ਜੁਲਾਈ ਨੂੰ ਆਰਡਰ ਪਾਸ ਕਰਾਇਆ ਸੀ ਵੀ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ, ਸ਼ੰਭੂ ਬਾਰਡਰ ਸਾਰਿਆਂ ਵਾਸਤੇ, ਉਸੇ ਦਿਨ ਉਸ ਆਰਡਰ ਹੋਇਆ ਜਿਹੜਾ ਇੱਕ ਹਫ਼ਤੇ ਦੇ ਵਿੱਚ ਸ਼ੰਭੂ ਬਾਰਡਰ ਤੋਂ ਬੈਰੀਅਰ ਸਟੇਟ ਆਫ ਹਰਿਆਣਾ ਹਟਾਵੇਗੀ। ਆਮ ਜਨਤਾ ਵਾਸਤੇ, ਕੋਈ ਵੀ ਫਾਰਮਰ ਹੈ, ਇਨਕਲੂਡਿੰਗ ਫਾਰਮਰ, ਲੇਬਰਰ, ਬਿਜ਼ਨਸਮੈਨ, ਸਾਰਿਆਂ ਵਾਸਤੇ ਉਹ 10 ਅਗਸਤ ਵਾਲੇ ਆਰਡਰ ਨਾਲ, 10 ਜੁਲਾਈ ਦੇ ਆਰਡਰ ਨਾਲ ਖੁੱਲ੍ਹ ਗਿਆ। ਅਤੇ ਉਸ ਆਰਡਰ ਨੂੰ ਚੈਲੇਂਜ ਕਰਨ ਵਾਸਤੇ ਅੱਗੇ ਜੇ ਜਾਣਾ ਹੁੰਦਾ ਆ, ਸੁਪਰੀਮ ਕੋਰਟ ਜਾਣਾ ਹੁੰਦਾ ਆ ਬਾਈ ਵੇ ਆਫ SLP। ਅਸੀਂ ਇਸ PIL 'ਚ ਪਹਿਲਾਂ ਸ਼ੁਭਗਣ ਦੀ ਡੈਥ 'ਤੇ ਸਟੇਟ ਦੇ ਐਕਸੈਸਿਵ ਫੋਰਸ ਯੂਜ਼ ਕਰਨ ਵਾਸਤੇ ਕਰਕੇ ਵੀ ਇੱਕ ਫੇਅਰ ਇਨਵੈਸਟੀਗੇਸ਼ਨ ਵਾਸਤੇ ਇੱਕ ਜੁਡੀਸ਼ੀਅਲ ਪ੍ਰੋਬ ਬਣਵਾਈ ਸੀ, ਜਿਸ 'ਚ ਇੱਕ ADGP ਸੀਗਾ ਹਰਿਆਣਾ ਦਾ, ਇੱਕ ਪੰਜਾਬ ਦੇ, ਇੱਕ ਸਾਡੇ ਜੱਜ ਸਾਹਿਬਾਨ ਸੀਗੇ ਰਿਟਾਇਰਡ, ਉਹਦੇ ਚੇਅਰਪਰਸਨ। ਅਤੇ ਉਸ ਫੇਅਰ ਇਨਵੈਸਟੀਗੇਸ਼ਨ ਦੀ ਜੁਡੀਸ਼ੀਅਲ ਪ੍ਰੋਬ ਨੂੰ ਚੈਲੇਂਜ ਕਰਦੇ ਹੋਏ ਸਟੇਟ ਆਫ ਹਰਿਆਣਾ ਪਹੁੰਚਿਆ ਸੀ ਸੁਪਰੀਮ ਕੋਰਟ ਬਾਈ ਵੇ ਆਫ SLP। ਉਸ SLP ਦੀ ਅੱਜ ਡੇਟ ਆਫ ਹੀਅਰਿੰਗ ਸੀਗੀ, ਠੀਕ ਹੈ? ਅਤੇ ਉਹਦੇ ਵਿੱਚ ਸਟੇਟ ਆਫ ਹਰਿਆਣਾ ਨੇ ਆਰਗਿਊ ਕੀਤਾ ਵੀ ਜਿਹੜਾ ਇਹ 10 ਜੁਲਾਈ ਵਾਲਾ ਆਰਡਰ ਹੈ ਟੂ ਓਪਨ ਸ਼ੰਭੂ ਬਾਰਡਰ ਫੋਰ ਆਲ ਵਿਦ ਇਨ ਅ ਵੀਕ, ਇਹ ਆਰਡਰ ਗਲਤ ਹੈ। ਅਤੇ ਅਸੀਂ ਉੱਥੇ ਉਹਨਾਂ ਨੂੰ ਸਟਰੋਂਗਲੀ ਰਿਬਟ ਕੀਤਾ, ਅਤੇ ਉੱਥੇ ਜੱਜ ਸਾਹਿਬ ਨੇ ਸਾਡੀ ਆਰਗੂਮੈਂਟ ਕੰਸੀਡਰ ਕਰਦੇ ਹੋਏ ਇੱਕ ਕਮੈਂਟ ਪਾਸ ਕੀਤਾ, ਕਿਆ ਫਾਰਮਰ ਕੰਟਰੀ ਦੇ ਸਿਟੀਜ਼ਨ ਨਹੀਂ ਹੈਗੇ, ਕਿਆ ਉਹ ਅੱਗੇ ਨਹੀਂ ਜਾ ਸਕਦੇ? ਅਤੇ ਇਹ ਤਾਂ ਸਟੇਟ ਆਫ ਹਰਿਆਣਾ ਮੌਨ ਹੋ ਗਿਆ। ਅਤੇ ਅੱਗੇ ਫਿਰ ਸਟੇਟ ਆਫ ਹਰਿਆਣਾ ਨੇ ਜਵਾਬ ਦਿੱਤਾ ਕਿ ਫਾਰਮਰ ਟਰੈਕਟਰ ਟਰੋਲੀਜ਼ ਲੈ ਕੇ ਆਉਣਗੇ ਅਤੇ ਇਹ ਤੋਂ ਪਬਲਿਕ ਆਰਡਰ ਖਰਾਬ ਹੋ ਜਾਏਗਾ। ਅਤੇ ਇੱਥੇ ਅਸੀਂ ਰਿਵਰਟ ਕੀਤਾ ਵੀ ਸਟੇਟ ਆਫ ਹਰਿਆਣਾ ਦਿਖਾ ਦੇ ਕਿਸ MV Act ਦੀ ਕਿਸ ਪ੍ਰੋਵੀਜ਼ਨ 'ਚ ਟਰੈਕਟਰ ਟਰਾਲੀ ਸੜਕ 'ਤੇ ਨਹੀਂ ਚੱਲ ਸਕਦੇ। ਅਤੇ ਇਹਦੇ ਉੱਤੇ ਜੱਜ ਸਾਹਿਬ ਨੇ ਕਮੈਂਟ ਪਾਸ ਕੀਤਾ ਕਿ ਕਿਆ ਜੇ ਤੁਸੀਂ, ਜੇ ਸਟੇਟ ਫਾਰਮਰਸ ਨੂੰ ਇੱਕ ਪਲੇਸ ਅਸਾਈਨ ਕਰ ਦੇਗਾ, ਉਹਨਾਂ ਨੂੰ ਮੈਡੀਕਲ ਸੁਵਿਧਾ ਦੇ ਦੇਗਾ, ਉਹਨਾਂ ਨੂੰ ਕੁਛ ਰਹਿਣ ਦੀ ਸੁਵਿਧਾ ਦੇ ਦੇਗਾ, ਖਾਣ ਦੀ ਸੁਵਿਧਾ ਦੇ ਦੇਗਾ, ਐਜ਼ ਇਟ ਇਜ਼ ਦਾ ਡਿਊਟੀ ਆਫ ਦਾ ਸਟੇਟ ਟੂ ਅਸਿਸਟ ਦਾ ਪਰਸਨਸ ਹੂ ਆਰ ਐਕਸਰਸਾਈਜ਼ਿੰਗ ਦੇਅਰ ਫੰਡਾਮੈਂਟਲ ਰਾਈਟ, ਨੋਟ ਟੂ ਥਰੋਟਲ ਦੇਅਰ ਰਾਈਟਸ। ਅਤੇ ਜੱਜ ਸਾਹਿਬ ਬੜੇ ਇਨਕਲਾਈਂਡ ਸੀਗੇ ਇਸ ਆਰਡਰ ਵੱਲ। ਅਤੇ ਜੱਜ ਸਾਹਿਬ ਨੇ ਇੱਕ ਪਰਸਨਲ ਕਮੈਂਟ ਵੀ ਪਾਸ ਕੀਤਾ, ਜੱਜ ਓਨਰੇਬਲ ਮਿਸਟਰ ਜਸਟਿਸ ਸੂਰਿਆਕਾਂਤ ਇੱਥੋਂ ਬਿਲੋਂਗ ਕਰਦੇ ਆ ਇਸ ਏਰੀਏ ਤੋਂ, ਅਤੇ ਉਹ ਇੱਥੇ ਟਰੈਵਲ ਕਰ ਰਹੇ ਹੋਣੇ ਆ। ਉਹਨਾਂ ਨੇ ਦੱਸਿਆ ਵੀ ਮੈਂ ਟਰੈਵਲ ਕਰ ਰਿਹਾ ਸੀ, ਮੈਨੂੰ ਇੰਨੀ ਇਨਕਨਵੀਨੀਅੰਸ ਹੋਈ, ਅਤੇ ਇਹ ਤਾਂ ਤੁਸੀਂ ਅਤੇ ਆਪਾਂ ਆਮ ਸਾਰੇ ਆਮ ਲੋਕਾਂ ਦਾ, ਫਿਰ ਇਹਦੇ 'ਚ ਆਮ ਬੰਦੇ ਜੱਜ ਕਰ ਸਕਦੇ ਆ ਵੀ ਜੇ ਇੰਨੇ ਹਾਈ ਡਿਗਨੀਟਰੀਜ਼ ਨੂੰ ਇੰਨੀ ਤੰਗੀ ਹੋ ਰਹੀ ਹੈ ਅਤੇ ਆਮ ਜਨਤਾ ਦਾ ਕੀ ਹਾਲ ਹੋਏਗਾ? ਅਤੇ ਆਮ ਜਨਤਾ ਦਾ ਅਤੇ ਕਿਸਾਨਾਂ ਦੇ ਰਾਈਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ 10 ਜੁਲਾਈ ਨੂੰ ਆਰਡਰ ਪਾਸ ਕਰਾਤਾ ਸੀ ਵੀ ਇਸ ਬਾਰਡਰ ਨੂੰ ਹੁਣ ਇੱਕ ਹਫ਼ਤੇ ਦੇ ਵਿੱਚ ਖੋਲ੍ਹਿਆ ਜਾਵੇ। ਜੀ, ਖਨੌਰੀ ਬਾਰਡਰ ਦੀ ਵੀ ਗੱਲਬਾਤ ਹੋਈ ਹੈ, ਖਨੌਰੀ ਬਾਰਡਰ ਦੀ ਗੱਲ ਉਸੇ 10 ਜੁਲਾਈ ਵਾਲੇ ਆਰਡਰ 'ਚ ਹੋਈ ਸੀ, ਅਤੇ ਉਸ 'ਚ ਜੱਜ ਸਾਹਿਬ ਨੇ ਕਿਹਾ ਸੀ ਨੈਕਸਟ ਡੇਟ 'ਤੇ ਅਸੀਂ ਇਹਨੂੰ ਵੀ ਖੋਲ੍ਹ ਦਾਂਗੇ। ਅਤੇ ਸਰ, ਕੋਈ ਗਾਈਡਲਾਈਨਸ ਦੀ ਵੀ ਗੱਲ ਹੋਈ ਹੈ ਕਿ NH ਜਿਹੜੇ ਵੀ ਹੈਗੇ ਹਾਈਵੇਜ਼, ਉੱਥੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਧਰਨਾ ਜਾਂ ਇਸ ਤਰ੍ਹਾਂ ਦੇ ਬਲੋਕੇਜ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ? ਜੀ, ਗਾਈਡਲਾਈਨ ਕੋਈ ਵੀ, ਜਿਵੇਂ ਫਾਰਮਰ ਆ ਉਹ ਕੋਈ ਨੈਸ਼ਨਲ ਹਾਈਵੇ 'ਤੇ ਧਰਨਾ ਧਰਨ ਥੋੜ੍ਹੀ ਜਾ ਰਹੇ ਹਾਂ, ਉਹਨਾਂ ਦੀ ਇੰਟੈਂਸ਼ਨ ਹੈ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ। ਅਤੇ ਨੈਸ਼ਨਲ ਹਾਈਵੇ 'ਤੇ ਜੇ ਤੁਸੀਂ ਬੈਰੀਗੇਡ ਲਾ ਦੋਗੇ, ਫਿਰ ਉਹ ਕਿੱਥੇ, ਜਿਵੇਂ ਧੁੱਪ ਛਾਂ ਬਾਰਿਸ਼ ਹੁੰਦੀ ਹੈ, ਉਹਨੇ ਟੈਂਪਰੇਰੀ ਸਟਰਕਚਰ ਬਿਲਡਅਪ ਕਰ ਲਏ, ਇਹ ਤਾਂ ਕੁਆਇਟ ਓਬਵੀਅਸ ਗੱਲ ਹੈ। ਜੇ ਤੁਸੀਂ ਬੈਰੀਗੇਡ ਹਟਾ ਲਓਗੇ ਤਾਂ ਟੈਂਪਰੇਰੀ ਸਟਰਕਚਰ ਵੀ ਡਿਮੋਲਿਸ਼ ਹੋ ਜਾਣਗੇ। ਸਰ, ਅੱਗੇ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਨੈਕਸਟ ਸੁਣਵਾਈ? ਨੈਕਸਟ ਓਨਰੇਬਲ ਜੱਜਿਸ ਇਨਕਲਾਈਂਡ ਸੀਗੇ ਅਤੇ ਹਾਈ ਕੋਰਟ ਦੇ ਆਰਡਰ ਨੂੰ ਅਪਹੈਲਡ ਕੀਤਾ ਆ, ਅਤੇ ਹੁਣ ਸਟੇਟ ਆਫ ਹਰਿਆਣਾ ਨੂੰ ਕੋਈ ਰਿਲੀਫ ਨਹੀਂ ਮਿਲਿਆ ਆ, ਅਤੇ ਇਹ ਬਾਰਡਰ ਇੱਕ ਹਫ਼ਤੇ ਦੇ ਵਿੱਚ ਖੁੱਲ੍ਹ ਜਾਏਗਾ।